The biggest South Asian media group. Why Media? Why Media? Why Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group. Why Media? You are watching Channel Y. Channel Y. A South Asian Canadian channel. ਲੁਧਿਆਣਾ ਦੇ ਵਿੱਚ ਇੱਕ ਹੌਜ਼ਰੀ ਕਾਰੋਬਾਰੀ ਦੀ ਪਤਨੀ ਨੇ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਈ। ਇਸ ਤੋਂ ਬਾਅਦ ਕੁੜੀ ਦੇ ਪੇਕੇ ਵਾਲਿਆਂ ਨੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਾਏ ਕਿ ਦਹੇਜ ਦੀ ਮੰਗ ਖਾਤਰ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਪੇਕੇ ਵਾਲਿਆਂ ਵੱਲੋਂ ਲਾਊਡ ਸਪੀਕਰ ਲਾ ਕੇ ਇਲਾਕੇ ਦੇ ਵਿੱਚ ਬਾਕੀ ਲੋਕਾਂ ਨੂੰ ਵੀ ਦੱਸਿਆ ਗਿਆ ਕਿ ਉਹਨਾਂ ਦੀ ਕੁੜੀ ਨੇ ਕਿਉਂ ਆਤਮ ਹੱਤਿਆ ਕੀਤੀ ਹੈ। ਪੁਲਿਸ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਾਇਆ। ਸਹੁਰੇ ਪਰਿਵਾਰ 'ਤੇ ਕੇਸ ਦਰਜ ਕਰ ਲਿਆ ਗਿਆ ਅਤੇ ਇੱਕ ਮੈਂਬਰ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਸਭ ਮਿਸਟੀਰੀਅਸ ਸਰਕਮਸਟਾਂਸਿਸ ਡੈਥ ਹੋ ਗਈ ਸੀ। ਉਸਕੇ ਵਿਆਹ ਹੋਇਆ ਲਗਭਗ ਦੋ ਮਹੀਨੇ ਹੋਏ ਥੇ ਤੋ ਆਪਾਂ ਇਮੀਡੀਏਟਲੀ 304B ਕਾ ਪਰਚਾ ਦੇ ਦਿਆ। ਇਸਮੇ ਉਸਕੇ ਹਸਬੈਂਡ ਅਤੇ ਉਸਕੇ ਸਹੁਰੇ ਸਾਹਿਬ ਕੋ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਉਸਕੇ ਘਰ ਵਾਲੇ ਥੋੜ੍ਹਾ ਸਾ ਰੋਸ ਪ੍ਰਦਰਸ਼ਨ ਕਰ ਰਹੇ ਹੈ ਐਂਡ ਪੁਲਿਸ ਆਪਣੀ ਕਾਰਵਾਈ ਆਲਰੇਡੀ ਕਰ ਚੁੱਕੀ ਹੈ ਔਰ ਅੱਗੇ ਵੀ ਕਾਰਵਾਈ ਕਰ ਰਹੀ ਹੈ। ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਜੋ ਵੀ ਮੈਟਰ ਇਨਵੈਸਟੀਗੇਸ਼ਨ ਮੈਂ ਆਏਗਾ ਵਿਲ ਡੂ ਇਟ ਔਨ ਦ ਬੇਸਿਸ ਆਫ ਮੈਰਿਟ। अब मैं उनसे अपील करूंगा कि वो शांति बनाए रखें। ये डाउरी डेथ लग रहा है, 304B का ऑलरेडी पर्चा हो चुका है, दो बंदे गिरफ्तार किए जा चुके। कुड़ी तारा सिंह कॉलेज सारे ने कुड़ी नू जहर दे के उन्हें कुटिया मारिया, जहर दे के मारती। पुलिस ने सस दियोर भजाते, सस दियोर साडे हवाले करो, साडे हवाले करो, ਅਸੀਂ ਕੇਸ ਨਹੀਂ ਚਲਾਣੇ। 5-5 ਸਾਲ ਕੇਸ ਚੱਲਦੇ ਆ ਜੀ, ਮਾਰਦੀ ਸਾਡੇ ਵਾਲੇ ਸੱਸ ਦੇਰ ਕਿਉਂ, ਅਸੀਂ ਫੇਰ ਕੁੜੀ ਫੂਕਾਂਗੇ, ਫੇਰ ਕੁੜੀ ਫੂਕਾਂਗੇ। ਉਧਰ ਲੌਂਗੋਵਾਲ ਤੋਂ ਅਕਾਲੀ ਦਲ ਦੇ ਕੌਂਸਲਰ ਦੇ ਘਰੋਂ 125 ਪੇਟੀ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਸਥਾਨਕ ਪੁਲਿਸ ਨੇ ਕੀਤਾ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਇਹ ਹਰਿਆਣੇ ਤੋਂ ਸਸਤੇ ਰੇਟਾਂ 'ਤੇ ਸ਼ਰਾਬ ਲਿਆਉਂਦੇ ਸਨ ਅਤੇ ਪੰਜਾਬ ਵਿੱਚ ਮਹਿੰਗੇ ਰੇਟਾਂ 'ਤੇ ਵੇਚਦੇ ਸਨ। ਅਕਾਲੀ ਦਲ ਦੇ ਕੌਂਸਲਰ ਨੇ ਨਰਿੰਦਰ ਸਿੰਘ ਉਹਨਾਂ 'ਤੇ ਇਹ ਗੰਭੀਰ ਇਲਜ਼ਾਮ ਲੱਗੇ ਨੇ। ਇਸ ਮਾਮਲੇ ਦੇ ਵਿੱਚ ਲੌਂਗੋਵਾਲ ਥਾਣੇ ਦੇ SHO ਵਿਜੇ ਕੁਮਾਰ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਇਹ ਸਾਡੇ ਲੌਂਗੋਵਾਲ ਦਾ ਮਿਊਨਿਸਪਲ ਕੌਂਸਲਰ ਹੈ, ਜੋ ਕਿ ਪਹਿਲੇ ਵਾਈਸ ਪ੍ਰਧਾਨ ਵੀ ਮਿਊਨਿਸਪਲ ਕਮੇਟੀ ਦੇ ਰਹਿ ਚੁੱਕੇ ਨੇ। ਇਹਨਾਂ ਦੇ ਘਰੋਂ ਅੱਜ 125 ਪੇਟੀਆਂ ਹਰਿਆਣਾ ਮਾਰਕਾ ਦੀਆਂ ਮਾਲਟਾ ਅਤੇ ਰਸੀਲਾ ਰਿਕਵਰ ਹੋਈਆਂ ਨੇ। ਕੁਛ ਗੱਡੀ 'ਚ ਸੀਗੀਆਂ, ਕੁਛ ਲੋਡਿੰਗ ਕਰ ਰਿਹਾ ਸੀ ਜਦ, ਅਤੇ ਇਹਦੇ ਵਿੱਚ ਇਸ ਲੋਕ ਹਰਿਆਣੇ ਤੋਂ ਸਸਤੀ ਦਾਰੂ ਲਿਆ ਕੇ ਪੰਜਾਬ 'ਚ ਸਮਗਲਿੰਗ ਕਰਦੇ ਨੇ ਅਤੇ ਇੱਥੇ ਕਾਫੀ ਵੱਧ ਰੇਟ 'ਤੇ ਵੇਚਦੇ ਨੇ। ਇਹਨਾਂ ਬਾਰੇ ਸਾਨੂੰ ਕਾਫੀ ਦਿਨਾਂ ਦੀ ਇਨਫੋਰਮੇਸ਼ਨ ਸੀਗੀ ਕਿ ਇਹ ਸਮਗਲਿੰਗ ਕਰ ਰਹੇ ਨੇ ਅਤੇ ਅੱਜ ਸਾਡੇ ਡਿੱਕੇ ਆਏ ਨੇ। ਹਾਂ, ਇਹ ਨੰਬਰ ਪਲੇਟ ਵੈਰੀਫਾਈ ਕੀਤਾ ਹੈ ਅਤੇ ਨੰਬਰ ਇਹਨਾਂ ਨੇ ਜਾਅਲੀ ਨੰਬਰ ਲਾ ਰੱਖਿਆ ਸੀ ਤਾਂ ਕਿ ਪੁਲਿਸ ਨਾਕੇ 'ਤੇ ਇਹ ਨੰਬਰ ਟਰੇਸ ਹੋ ਵੀ ਜਾਵੇ ਜੇ ਭੱਜਣ 'ਚ ਕਾਮਯਾਬ ਹੋ ਜਾਣ, ਕਿਉਂਕਿ ਆਪਾਂ ਕਾਫੀ ਹਾਈ ਸਪੀਡ ਗੱਡੀਆਂ ਨੇ ਅਤੇ ਨਿਕਲ 'ਚ ਕਾਮਯਾਬ ਹੋ ਜਾਣ ਅਤੇ ਨੰਬਰ ਪਲੇਟ ਤੋਂ ਅਸੀਂ ਟਰੇਸ ਨਾ ਕੀਤਾ ਜਾ ਸਕੇ। ਇਸ ਕਰਕੇ ਹਮੇਸ਼ਾ ਹੀ ਸਮਗਲਰ ਲੋਕ ਜਾਅਲੀ ਨੰਬਰ ਪਲੇਟ ਲਾ ਕੇ ਆਪਣੀ ਸਮਗਲਿੰਗ ਕਰਦੇ ਨੇ। ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਨੇ ਇਹ ਜੀ? ਪਤਾ ਲੱਗਿਆ ਕਿ ਇਹ ਅਕਾਲੀ ਦਲ ਦੇ ਬਿਲੋਂਗ ਕਰਦੇ ਨੇ, ਉਹਨੇ ਅਕਾਲੀ ਦਲ ਪਾਰਟੀ 'ਚੋਂ ਹੀ AMC ਬਣੇ ਨੇ। ਦਿੱਲੀ ਵਿੱਚ ਮੈਟਰੋ ਰੇਲ ਦੇ ਕਿਰਾਏ ਵਧਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਕੱਲ੍ਹ ਆਮ ਆਦਮੀ ਪਾਰਟੀ ਦੇ ਆਗੂ ਮੈਟਰੋ ਓਪਰੇਸ਼ਨ ਦੇ ਮੁਖੀ ਨੂੰ ਮਿਲੇ ਸਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਮੈਟਰੋ ਚੀਫ ਨੂੰ ਮਿਲ ਕੇ ਇਹ ਮੰਗ ਕਰਕੇ ਆਏ ਨੇ ਕਿ ਦਿੱਲੀ ਦੇ ਵਿੱਚ ਮੈਟਰੋ ਦਾ ਕਿਰਾਇਆ ਘਟਾਇਆ ਜਾਵੇ।
ਕਾਬਲੇ ਜ਼ਿਕਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਮੈਟਰੋ ਦੇ ਕਿਰਾਏ ਵਧਾਉਣ ਦੀਆਂ ਗੱਲਾਂ ਹੋ ਰਹੀਆਂ ਸਨ ਅਤੇ ਮੈਟਰੋ ਦੇ ਕਿਰਾਏ ਵਧਾਏ ਵੀ ਗਏ ਨੇ, ਜਿਸ ਕਰਕੇ ਰਾਜਨੀਤਿਕ ਪਾਰਟੀਆਂ ਦੇ ਆਗੂ ਕਾਫੀ ਜ਼ਿਆਦਾ ਸਰਗਰਮ ਨੇ। ਆਮ ਲੋਕ ਮੈਟਰੋ ਦੇ ਕਿਰਾਏ ਵਧਣ ਕਰਕੇ ਕਾਫੀ ਨਾਰਾਜ਼ ਨੇ। ਔਰ ਰਾਸ਼ਟਰਵਾਦੀ ਸੋਚ ਕੇ ਲੋਕੋ ਕੀ ਲਗਾਤਾਰ ਨਿਸ਼ੰਸ ਹੱਤਿਆਏ ਹੋ ਰਹੀ ਹੈ। ਨਿਸ਼ੰਸ ਹੱਤਿਆਏ ਮਤਲਬ ਹੱਥ ਕਾਟ ਦੇਣਾ, ਪੈਰ ਕਾਟ ਦੇਣਾ, ਪਰਿਵਾਰ ਕੇ ਸਾਹਮਣੇ ਮਾਰਨਾ, ਔਰ ਇਤਨੀ ਯਾਤਨਾ ਦੇ ਕਰਕੇ ਮਾਰਨਾ ਕਿ ਵੋ ਫਿਰ ਵੋ ਰਾਸ਼ਟਰ ਹਿੱਤ ਕੀ ਬਾਤ ਨਾ ਕਰੇ, ਦੇਸ਼ ਹਿੱਤ ਕੀ ਬਾਤ ਨਾ ਕਰੇ, ਬੀਜੇਪੀ RSS ਮੇ ਸਮਿਲਿਤ ਨਾ ਹੋ। ਔਰ ਐਸੇ ਮੇ ਕੇਰਲ ਕੇ ਇਸ ਦਰਦ ਕੋ, ਕਾਰਯਕਰਤਾਓਂ ਕੇ ਦਰਦ ਕੋ ਪੂਰੇ ਦੇਸ਼ ਕੋ ਬਤਾਨੇ ਕੇ ਲੀਏ ਕੇਰਲ ਮੇ ਆਜ ਸੇ ਯਾਤਰਾ ਸ਼ੁਰੂ ਹੋਈ ਹੈ, ਜਨ ਰਕਸ਼ਾ ਯਾਤਰਾ। ਔਰ ਕੇਰਲ ਕੇ ਦਰਦ ਕੋ ਹਮ ਦਿੱਲੀ ਮੇ ਵੀ ਦਿਖਾਨਾ ਚਾਹਤੇ ਹੈ, ਇਸ ਲਈ ਕੱਲ ਸਵੇਰੇ 10 ਵਜੇ ਸੇ ਜਬ ਤੱਕ ਕੇਰਲ ਮੇ ਯਾਤਰਾ ਚਲੇਗੀ ਤਬ ਤੱਕ ਦਿੱਲੀ ਮੇ ਵੀ ਯਾਤਰਾ ਚਲੇਗੀ, ਇਹ ਹਮ ਲੋਗੋਂ ਨੇ ਡਿਸਾਈਡ ਕੀਆ ਹੈ, ਕਿਉਂਕਿ ਦਿੱਲੀ ਦੇਸ਼ ਕਾ ਦਿਲ ਹੈ। ਔਰ ਹਮਾਰੀ ਮੀਡੀਆ ਕੇ ਵੀ ਮਾਰਫਤ ਦੇਸ਼ ਕੋ ਇਹ ਮੈਸੇਜ ਜਾਣਾ ਚਾਹੀਏ ਕਿ ਅਹਿੰਸਾ ਕੇ ਦੇਸ਼ ਮੇ, ਗਾਂਧੀ ਕੇ ਦੇਸ਼ ਮੇ ਰਾਜਨੀਤਿਕ ਹੱਤਿਆਏ ਕਿਉਂ ਹੋ ਰਹੀ ਹੈ, ਕਿਉਂ ਕਾਰਯਕਰਤਾਓਂ ਕੋ ਬੀਜੇਪੀ RSS ਕੇ ਮਾਰਾ ਜਾ ਰਹਾ ਹੈ, ਇਸ ਕੋ ਹਮ ਦਰਦ ਕੋ ਲੈ ਜਾਏਂਗੇ ਤਾਂ ਕਿ ਕੇਰਲ ਕੇ ਲੋਗੋਂ ਕੇ ਸਾਥ ਨਿਆਏ। ਦੇਖੀਏ, ਬੀਜੇਪੀ ਮੈਟਰੋ ਕਾ ਕਿਰਾਇਆ ਬੜਾਨੇ ਕੇ ਵਿਰੁੱਧ ਹੈ, ਔਰ ਹਮ ਇਸਕੇ ਲੀਏ ਜੈਸੇ ਹੀ ਮੁਝੇ ਪਤਾ ਚਲਾ, ਇਸ ਬਾਤ ਕਾ ਪ੍ਰਮਾਣ ਇਸਸੇ ਮਿਲਤਾ ਹੈ ਕਿ ਹਮਕੋ ਜੈਸੇ ਪਤਾ ਚਲਾ ਕਿ ਮੈਟਰੋ ਕਾ ਕਿਰਾਇਆ ਬੜਨੇ ਵਾਲਾ ਹੈ, ਮੈਨੇ ਤੁਰੰਤ ਇਸਕਾ ਵਿਰੋਧ ਕੀਆ, ਸਬਕੋ ਪੱਤਰ ਵੀ ਲਿਖਾ। ਉਸਕੇ ਦੋ ਦਿਨ ਬਾਅਦ ਸੇ ਆਮ ਆਦਮੀ ਪਾਰਟੀ ਵੀ ਨਾਟਕ ਕਰਨੇ ਲਗੀ ਕਿ ਹਮ ਵੀ ਵਿਰੋਧ ਕਰ ਰਹੇ ਹੈਂ। ਅਬ ਸਵਾਲ ਉੱਠਤਾ ਹੈ, 50% ਭਾਗੀਦਾਰੀ ਆਪਕੀ, ਜਬ ਕਿਰਾਇਆ ਬੜਾ ਹੈ ਤਬ ਵੀ ਆਪਕਾ ਪ੍ਰਤੀਨਿਧੀ ਸਮਿਲਿਤ ਰਹਾ ਹੈ, ਵਹਾਂ ਤੋ ਆਪਨੇ ਬੜਾ ਦਿਆ ਔਰ ਫਿਰ ਬਾਅਦ ਮੇ ਆਪ ਨਾਟਕ ਕਰਨੇ ਲਗੇ, ਤੋ ਯੇ ਆਮ ਆਦਮੀ ਪਾਰਟੀ ਕੀ ਜੋ ਪੁਰਾਨੀ ਰਣਨੀਤੀ ਹੈ ਅਰਵਿੰਦ ਕੇਜਰੀਵਾਲ ਕੀ, ਕਿ ਇੱਕ ਤਰਫ ਸੇ ਵੋ ਸਾਰੇ ਕਿਰਾਇਆ ਬੜਾ ਦੋ, ਜਨਤਾ ਕੋ ਤਕਲੀਫ ਦੋ, ਲੇਕਿਨ ਆਪਣੀ ਫੇਸ ਸੇਵਿੰਗ ਕੇ ਲਈ ਨਾਟਕ ਕਰਤੇ ਰਹੋ। ਦਿੱਲੀ ਦੀ ਪੁਲਿਸ ਨੇ 2 ਮੁਲਜ਼ਮਾਂ ਨੂੰ 6 ਲੱਖ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਬਲੇ ਜ਼ਿਕਰ ਹੈ ਕਿ ਦਿੱਲੀ ਦੀ ਕ੍ਰਾਈਮ ਬ੍ਰਾਂਚ ਜਾਅਲੀ ਕਰੰਸੀ ਦੇ ਖਿਲਾਫ ਵੱਡੇ ਵੱਡੇ ਅਭਿਆਨ ਚਲਾ ਰਹੀ ਹੈ ਅਤੇ ਨੋਟਬੰਦੀ ਤੋਂ ਬਾਅਦ ਜਾਅਲੀ ਕਰੰਸੀ ਦੀਆਂ ਘਟਨਾਵਾਂ ਦੇ ਵਿੱਚ ਗਿਰਾਵਟ ਆਈ ਸੀ, ਪਰ ਇੱਕ ਵਾਰ ਫਿਰ ਜਾਅਲੀ ਕਰੰਸੀ ਸਾਹਮਣੇ ਆਉਣ ਦੇ ਮਾਮਲੇ ਉਜਾਗਰ ਹੋਣ ਲੱਗੇ ਨੇ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਨਾਰਦਰਨ ਰੇਂਜ ਕੋ ਇਨਫੋਰਮੇਸ਼ਨ ਥੀ ਕਿ ਬਿਹਾਰ ਔਰ ਵੈਸਟ ਬੰਗਾਲ ਸੇ ਦਿੱਲੀ ਔਰ NCR ਕੇ ਏਰੀਏ ਮੇ ਕੁਛ ਐਸੇ ਗਰੁੱਪ ਹੈ ਜੋ ਫੇਕ ਕਰੰਸੀ ਨੋਟ ਲਾ ਕਰ ਸਰਕੂਲੇਟ ਕਰ ਰਹੇ ਹੈ। ਇਸ ਇਨਫੋਰਮੇਸ਼ਨ ਕੋ ਅਭੀ ਨਿਊਲੀ ਪ੍ਰਮੋਟਡ ACP ਅਤਰ ਸਿੰਘ ਔਰ ਉਨਕੀ ਟੀਮ ਨੇ ਡੈਵਲਪ ਕੀਆ ਔਰ 29 ਤਾਰੀਖ ਕੋ ਲਗਭਗ 3 ਵਜੇ ਕੇ ਆਸ ਪਾਸ ਸ਼ਾਂਤੀਵਨ ਕੇ ਏਰੀਏ ਸੇ ਇੱਕ ਵਿਅਕਤੀ ਜਿਸਕਾ ਨਾਮ ਜ਼ਹਿਰੁਦੀਨ ਹੈ ਜੋ ਕਿ ਕਿਸ਼ਨਗੰਜ ਬਿਹਾਰ ਕਾ ਰਹਿਣੇ ਵਾਲਾ ਹੈ, ਇਸਕੋ ਅਪ੍ਰਹਿਣ ਕੀਆ, ਇਸਕੇ ਪਾਸ 5.5 ਲੱਖ ਰੁਪਏ ਕੀ ਫੇਕ ਕਰੰਸੀ ਰਿਕਵਰ ਹੋਈ ਜੋ 2-2 ਹਜ਼ਾਰ ਰੁਪਏ ਕੇ ਡਿਨੋਮਿਨੇਸ਼ਨ ਮੇ ਹੈ। ਇਸਕੀ ਇਨਫੋਰਮੇਸ਼ਨ ਪਰ ਦੂਸਰਾ ਵਿਅਕਤੀ ਕ੍ਰਾਂਤੀ ਚੌਧਰੀ, ਇਹ ਵੀ ਬਿਹਾਰ ਕਾ ਬੇਤੀਆ ਕਾ ਰਹਿਣੇ ਵਾਲਾ ਹੈ, ਇਸਕੋ 3 ਤਾਰੀਖ ਕੋ ਬੇਤੀਆ ਸੇ ਅਰੈਸਟ ਕੀਆ ਗਿਆ ਔਰ ਇਸਕੇ ਪਾਸ ਸੇ 50 ਹਜ਼ਾਰ ਰੁਪਏ ਕੀ ਫੇਕ ਕਰੰਸੀ ਰਿਕਵਰ ਹੋਈ। ਦੋਨੋ ਵਿਅਕਤੀ ਪੁਲਿਸ ਰਿਮਾਂਡ ਪਰ ਹੈ ਹਮਾਰੇ ਪਾਸ, ਇਨਕੀ ਇੰਟਰੋਗੇਸ਼ਨ ਸੇ ਇਹ ਮਾਲੂਮ ਚਲਾ ਹੈ ਕਿ ਯੇ ਲੋਕ ਵੈਸਟ ਬੰਗਾਲ ਮੇ ਕੁਛ ਸਪਲਾਇਰਸ ਹੈ ਜਿਨਸੇ ਯੇ ਫੇਕ ਕਰੰਸੀ ਲੇਤੇ ਹੈ ਔਰ ਯੇ ਫਿਰ ਦਿੱਲੀ NCR ਕੇ ਇਲਾਕੇ ਮੇ ਔਰ ਦੇਸ਼ ਕੇ ਅਨਯ ਭਾਗੋ ਮੇ ਵੀ ਸਪਲਾਈ ਕਰਤੇ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਪੰਜਾਬ ਵੱਲੋਂ ਗੁਰਦਾਸਪੁਰ ਦੇ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਰੋਸ ਵਿਖਾਵਾ ਕੀਤਾ ਗਿਆ ਅਤੇ ਜਹਾਜ਼ ਵਾਲੇ ਚੌਂਕ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ। ਅਸਲ ਦੇ ਵਿੱਚ ਜਲ ਸਪਲਾਈ ਮਹਿਕਮੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਜ਼ਿਮਨੀ ਚੋਣ ਵੱਲ ਤਾਂ ਧਿਆਨ ਦੇ ਰਹੀ ਹੈ ਪਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਮੇਰਾ ਰਵਿੰਦਰ ਜੀ ਸਿੰਘ ਹੈ ਜੀ, ਮੈਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਮਾਸਟਰ ਮੋਟੀਵੇਟਰ ਮੋਟੀਵੇਟਰ ਯੂਨੀਅਨ ਪ੍ਰਧਾਨ ਹੈ ਜੀ। ਸਾਡੀ ਯੂਨੀਅਨ, ਸਾਡੇ ਕਰਮਚਾਰੀ ਜੋ ਸਵੱਛ ਭਾਰਤ ਮਿਸ਼ਨ ਦੇ ਤਹਿਤ ਵੱਖ ਵੱਖ ਪਿੰਡਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਜ਼ਮੀਨੀ ਲੈਵਲ 'ਤੇ ਕੰਮ ਕਰ ਰਹੇ ਨੇ, ਲੋਕਾਂ ਨੂੰ ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਤੋਂ ਰੋਕਣ ਤੋਂ ਲੈ ਕੇ ਪਾਣੀ ਦੀ ਸਾਂਭ ਸੰਭਾਲ ਅਤੇ ਸਾਫ਼ ਸਫਾਈ ਬਾਰੇ ਜਾਗਰੂਕ ਕਰਦੇ ਆ ਰਹੇ ਹਾਂ, ਜਿਸ ਦੇ ਬਦਲੇ ਜੇ ਸਾਡੀ ਡਿਊਟੀ ਜਿਹੜੀ ਹੈ ਉਹ ਸੁਬਹਾ 5 ਵਜੇ ਮਾਰਨਿੰਗ ਨਿਗਰਾਨੀ ਕਰਨ ਦੇ ਨਾਲ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਬਦਲੇ ਸਾਨੂੰ ਦਿੱਤਾ ਸਿਰਫ ਮਾਣ ਭੱਤਾ ਜਾਂਦਾ, ਜਿਸ ਮਾਣ ਭੱਤੇ ਨਾਲ ਸਾਡਾ ਗੁਜ਼ਾਰਾ ਬਿਲਕੁਲ ਵੀ ਸੰਭਵ ਨਹੀਂ ਹੈਗਾ, ਉਹ ਮਾਣ ਭੱਤਾ ਵੀ ਸਾਨੂੰ
ਕਈ ਕਈ ਮਹੀਨੇ ਵੇਟ ਕਰਨ ਤੋਂ ਬਾਅਦ ਮਿਲਦਾ ਹੈ ਅਤੇ ਫਿਰ ਵੀ ਪੈਂਡਿੰਗ ਰਹਿ ਜਾਂਦਾ ਹੈ। ਅਸੀਂ ਮਹਿਕਮੇ ਤੋਂ ਅਤੇ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਮਾਣ ਭੱਤਾ ਬੰਦ ਕਰਕੇ ਸਾਨੂੰ ਮਹੀਨਾਵਾਰ ਪੱਕੀ ਤਨਖਾਹ ਦਿੱਤੀ ਜਾਵੇ ਅਤੇ ਕੰਮ ਸਾਨੂੰ ਮਹਿਕਮੇ ਦੇ ਵਿੱਚ ਜਿਹੜਾ ਮਰਜ਼ੀ ਸੌਂਪਿਆ ਜਾਵੇ, ਅਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਨੂੰ ਤਿਆਰ ਹਾਂ। ਇਸ ਮੰਗਾਂ ਦੇ ਸੰਬੰਧ ਵਿੱਚ ਅਸੀਂ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਸਰਕਾਰ ਦੇ ਮੰਤਰੀ ਤੱਕ, MLA ਤੱਕ, DC ਡਿਪਟੀ ਕਮਿਸ਼ਨਰ ਸਾਹਿਬ ਤੱਕ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੀ ਇੰਨੇ ਲੰਬੇ ਸਮੇਂ ਤੋਂ ਲੈ ਕੇ ਅੱਜ ਤੱਕ ਸੁਣਵਾਈ ਨਹੀਂ ਹੋ ਸਕੀ ਹੈ। ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਵੱਲੋਂ ਅੱਜ ਇੱਥੇ ਪੂਰੇ ਪੰਜਾਬ ਵੱਲੋਂ ਧਰਨਾ ਲਗਾਇਆ ਗਿਆ ਹੈ ਸ਼ਾਂਤੀਮਈ, ਜਿਸ ਵਿੱਚ ਸਾਰਿਆਂ ਨੇ ਇਹ ਰੋਸ ਪ੍ਰਗਟਾਇਆ ਹੈ ਕਿ ਸਾਨੂੰ ਮਹਿਕਮੇ ਵਿੱਚ ਮਰਜ ਕਰਕੇ ਪੱਕੀਆਂ ਤਨਖਾਹਾਂ ਦਿੱਤੀਆਂ ਜਾਣ। ਅਸੀਂ ਇਕੱਲੇ ਮੰਤਰੀ, ਇਕੱਲੇ DC ਮੰਤਰੀਆਂ ਕੋਲ, ਸਾਰਿਆਂ ਕੋਲ ਮੰਗ ਪੱਤਰ ਤੇ, ਪਰ ਸਾਡੀ ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਹੋਈ। ਅਸੀਂ 5 ਵਜੇ ਤੋਂ ਘਰੋਂ ਜਾਂਦੇ ਹਾਂ, 8 ਵਜੇ ਤੱਕ ਡਿਊਟੀ ਕਰਦੇ ਹਾਂ। ਕਈ ਵਾਰੀ ਸਾਡੇ ਨਾਲ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਦੱਸ ਵੀ ਨਹੀਂ ਸਕਦੇ। ਸਰਪੰਚ ਸਾਡੇ ਨਾਲ ਇਹੋ ਜਿਹੇ ਬਦਸਲੂਕੀ ਨਾਲ ਸਾਡੇ ਨਾਲ ਸਲੂਕ ਕਰਦੇ ਹਾਂ, ਤੁਸੀਂ ਕਿਹੜੇ ਮਹਿਕਮੇ 'ਚੋਂ ਆਏ ਹੋ, ਤੁਹਾਡਾ ਤਾਂ ਕੋਈ ਵਜੂਦ ਹੀ ਨਹੀਂ ਹੈਗਾ। ਅਸੀਂ ਬਹੁਤ ਸ਼ਰਮ ਫੀਲ ਕਰਦੇ ਹਾਂ ਇਸ ਚੀਜ਼ ਨੂੰ ਜਾਂਦੇ ਹੋਏ, ਪਰ ਸਾਨੂੰ ਮਹਿਕਮੇ ਵੱਲੋਂ ਕੀ ਦਿੱਤਾ ਜਾਂਦਾ ਹੈ, ਪੁੱਛ ਜੇ ਇੱਕ ਮਾਣ ਪੱਤਾ 2100 ਰੁਪਿਆ, ਉਹ ਵੀ ਸਾਨੂੰ ਕਈ ਮਹੀਨਿਆਂ ਤੋਂ ਨਹੀਂ ਮਿਲਿਆ। ਅਸੀਂ ਇੱਦਾਂ ਹੀ ਕੰਮ ਕਰ ਰਹੇ ਹਾਂ। ਜੇ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਕੁਛ ਨਹੀਂ ਦੇਣਾ, ਤਾਂ ਸਾਡੇ ਲੈਵਲ ਲਗਾ ਦੇਣ, ਬੋਰਡ ਲਗਾ ਦੇਣ ਕਿ ਇਹ ਅਸੀਂ ਸੇਵਾ ਕਰਨ ਵਾਸਤੇ ਰੱਖੇ ਆ, ਸਾਡਾ ਕੋਈ ਬੱਚਾ ਨਹੀਂ, ਸਾਡਾ ਕੋਈ ਪਰਿਵਾਰ ਨਹੀਂ, ਅਸੀਂ ਬਿਨਾਂ ਸੇਵਾ ਦੇ ਕੰਮ ਕਰਾਂਗੇ। ਮੈਂ MA BEd ਹਾਂ, ਸਾਡੇ PhD ਹੋਲਡਰ ਕਿੰਨੇ ਬੱਚੇ ਪੜ੍ਹੇ ਲਿਖੇ ਹਨ। ਜਦੋਂ ਇੰਟਰਵਿਊ ਦਿੱਤੀ ਗਈ ਸੀ, ਇਹ ਕਿਹਾ ਗਿਆ ਸੀ ਤੁਹਾਨੂੰ 15,000 ਮਹੀਨਾ ਸੀ ਸੈਲਰੀ ਦੇਵਾਂਗੇ, ਗੌਰਮੈਂਟ ਜੋਬ ਹੈ। ਪਰ ਹੁਣ ਕਹਿੰਦੇ ਕਿ ਨਹੀਂ, ਆਪਾਂ ਤੁਹਾਨੂੰ ਸਿਰਫ ਥੋੜ੍ਹੇ ਜਿਹੇ ਸਮੇਂ ਵਾਸਤੇ ਰੱਖਿਆ, 6 ਮਹੀਨੇ ਵਾਸਤੇ, ਉਹਦੇ 'ਚ ਤੁਸੀਂ ਕੰਮ ਆਪਣਾ ਤੁਹਾਡਾ ਕੰਪਲੀਟ ਕਰੋ, ਤੁਸੀਂ ਆਪਣੇ ਘਰਾਂ ਨੂੰ ਜਾਓ। ਸਾਡੇ 3-3 ਸਾਲ ਬਰਬਾਦ ਇੱਥੇ ਹੋ ਚੁੱਕੇ ਆ ਜੀ। ਲੁਧਿਆਣਾ ਦੇ ਚੀਮਾ ਚੌਂਕ ਦੇ ਨਜ਼ਦੀਕ ਡਾਕਟਰ ਅੰਬੇਦਕਰ ਪਾਰਕ ਵਿੱਚ ਭਗਵਾਨ ਵਾਲਮੀਕਿ ਜਯੰਤੀ ਦੇ ਮੌਕੇ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਸਤਵਿੰਦਰ ਬਿੱਟੀ ਸਣੇ ਕਈ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਮਾਨਸਾ ਤੋਂ ਖਬਰ ਹੈ ਜਿੱਥੇ ਇੱਕ ਪੰਜਾਬੀ ਫਿਲਮ ਦਾ ਮਹੂਰਤ ਕੀਤਾ ਗਿਆ। ਫਿਲਮ ਦਾ ਨਾਮ ਹੈ ਦੁੱਲਾ ਵੈਲੀ, ਜਿਸ ਵਿੱਚ ਯੋਗਰਾਜ ਅਤੇ ਗੁੱਗੂ ਗਿੱਲ ਮੁੱਖ ਕਿਰਦਾਰ ਨਿਭਾਉਣਗੇ। 1 ਮਹੀਨੇ ਦੇ ਵਿੱਚ ਇਹ ਫਿਲਮ ਪੂਰੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਿਸ ਤਰ੍ਹਾਂ ਇਹਦਾ ਨਾਂ ਹੈ ਜੀ, ਦੁੱਲਾ ਵੈਲੀ ਟਾਈਟਲ ਰੋਲ ਮੈਂ ਕਰ ਰਿਹਾ ਮਾਲਕ ਦੀ ਮਿਹਰ ਨਾਲ, ਤੁਹਾਡੀਆਂ ਦੁਆਵਾਂ ਨਾਲ। ਅਤੇ ਕਾਫੀ ਟਾਈਮ ਤੋਂ ਇਸ ਤਰ੍ਹਾਂ ਦੀ ਫਿਲਮ ਦੀ ਸਾਨੂੰ ਵੀ ਉਡੀਕ ਸੀ, ਔਰ ਸਾਡੇ ਪਿਆਰ ਕਰਨ ਵਾਲਿਆਂ ਨੂੰ ਵੀ। ਮੇਰੇ ਨਾਲ ਯੋਗਰਾਜ ਸਾਹਿਬ ਵੀ ਕਰ ਰਹੇ ਹੈ ਔਰ ਸਦੀਕ ਸਾਹਿਬ, ਇਹ ਬਹੁਤ ਵੱਡੀ ਗੱਲ ਹੈ। ਸਦੀਕ ਸਾਹਿਬ ਸਾਡੇ ਸੀਨੀਅਰ ਸਿੰਗਰ ਔਰ ਐਕਟਰ ਨੇ, ਔਰ ਬੜੇ ਲੱਕੀ ਸਾਬਤ ਹੋਏ ਹੈ ਮੇਰੇ ਲਈ। ਜਿਸ ਤਰ੍ਹਾਂ ਜਿਉਣਾ ਮੌੜ 'ਚ ਅਸੀਂ ਇਕੱਠਿਆਂ ਨੇ ਕੰਮ ਕੀਤਾ, ਹੋਰ ਪਿੱਛੇ ਜੇ ਅਸੀਂ ਜੱਟ ਬੋਇਜ਼ ਪੁੱਤ ਜੱਟਾਂ ਦੇ ਵਿੱਚ ਕੀਤਾ, ਇਹ ਫਿਲਮਾਂ ਹਿੱਟ ਰਹੀਆਂ ਔਰ ਬੜਾ ਸਿੱਖਣ ਨੂੰ ਵੀ ਮਿਲਦਾ ਸੀਨੀਅਰ ਲੋਕਾਂ ਤੋਂ। ਯੋਗਰਾਜ ਹੋਰਾਂ ਦੇ ਨਾਲ ਪੁਰਾਣੀਆਂ ਵੀ ਸਾਡੀਆਂ ਬੜੀਆਂ ਚੰਗੀਆਂ ਕਾਮਯਾਬ ਹੋਈਆਂ ਫਿਲਮਾਂ, ਔਰ ਫਿਰ ਇਕੱਠੇ ਆ ਰਹੇ ਹਾਂ, ਇਸ ਗੱਲ ਦੀ ਖੁਸ਼ੀ ਵੀ ਹੈ ਔਰ ਮੇਰੇ ਪਿਆਰ ਕਰਨ ਵਾਲੇ ਵੀ ਇਸ ਗੱਲ ਨੂੰ ਉਡੀਕ ਰਹੇ। ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਚਰਨਜੀਤ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਸੀਂ ਫਿਲਮ ਸ਼ੁਰੂ ਕਰਨ ਜਾ ਰਹੇ ਹਾਂ ਦੁੱਲਾ ਵੈਲੀ। ਦੁੱਲਾ ਵੈਲੀ ਖੁਸ਼ਬੂ ਪਿਕਚਰ ਦੇ ਬੈਨਰ ਦੇ ਥੱਲੇ ਬਣ ਰਹੀ ਹੈ, ਅਤੇ ਇਹਦੇ ਡਾਇਰੈਕਟਰ ਹੈਗੇ ਆ ਦੇਵੀ ਸ਼ਰਮਾ, ਅਤੇ ਰਾਈਟਰ ਹੈ ਖੁਸ਼ਬੂ ਸ਼ਰਮਾ, ਅਤੇ ਪ੍ਰੋਡਿਊਸਰ ਹੈ ਮਲਕੀਤ ਬੁੱਟਰ। ਅਤੇ ਇਹਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਉਹ ਗੁੱਗੂ ਗਿੱਲ ਅਤੇ ਯੋਗਰਾਜ, ਮਤਲਬ ਗੁੱਗੂ ਗਿੱਲ ਅਤੇ ਯੋਗਰਾਜ ਜਿਹੜੇ ਹੈ ਉਹ ਕਾਫੀ ਸਮੇਂ ਬਾਅਦ ਇਕੱਠੇ ਹੋ ਰਹੇ ਹੈ, ਮਤਲਬ ਉਸੇ ਪੁਰਾਣੇ ਅੰਦਾਜ਼ ਦੇ ਵਿੱਚ। ਅਤੇ ਨਾਲ ਆਪਣਾ ਸਰਬਜੀਤ ਚੀਮਾ ਹੈ, ਉਹਨਾਂ ਦਾ ਬੇਟਾ ਹੈ ਮੁਹੰਮਦ ਸਦੀਕ ਹੈ, ਅਤੇ ਅਵਤਾਰ ਗਿੱਲ ਹੈ, ਸੁਰਿੰਦਰ ਛਿੰਦਾ ਹੈ, ਅਤੇ ਚਰਨਜੀਤ ਸੰਧੂ ਹੈ, ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਆਰਟਿਸਟ ਹੈਗੇ ਆ ਇਹਦੇ ਵਿੱਚ ਕੰਮ ਕਰ ਰਹੇ ਆ। ਉਧਰ ਮੁੰਬਈ ਵਿੱਚ ਦੀਵਾਲੀ ਨੂੰ ਲੈ ਕੇ ਇੱਕ ਸਪੈਸ਼ਲ ਸ਼ੂਟ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਆਮਿਰ ਖਾਨ ਅਤੇ ਵਿਰਾਟ ਕੋਹਲੀ ਇੱਕੋ ਨਾਲ ਦਿਖੇ। ਸੋ ਵਿਰਾਟ ਕੋਹਲੀ ਅਤੇ ਆਮਿਰ ਖਾਨ ਦੋਵੇਂ ਇੱਕ ਦੂਸਰੇ ਨੂੰ ਮਿਲ ਕੇ ਕਾਫੀ ਖੁਸ਼ ਹੋਏ ਨੇ, ਆਓ ਸੁਣਦੇ ਹਾਂ ਇਹਨਾਂ ਦਾ ਕੀ ਕਹਿਣਾ। ਅਤੇ ਚੈਨਲ ਵਾਏ ਦੇ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹਨਾਂ ਹੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ, ਧੰਨਵਾਦ। Channel Y, a South Asian Canadian channel. Call Rogers or Bell today and subscribe to Channel Y. Channel Y. For more information, visit southasiadaily.com. You are watching Channel Y. Channel Y, a South Asian Canadian channel.